ਦੇਖ ਲਓ ਜਦੋਂ ਸਵੇਰ ਨੂੰ ਜਵਾਕਾਂ ਦਾ ਟਾਈਮ ਹੁੰਦਾ ਵਾ, ਤੁਹਾਨੂੰ ਚੀਜ਼ ਦਿਖਾਉਂਦੇ ਆ, ਉਦੋਂ ਤੋਂ ਬੱਸਾਂ ਹੈ ਨਹੀਂ ਇਹਨਾਂ ਕੋਲ, ਬੱਸਾਂ ਫੁੱਲ ਰਹਿ ਜੀ, ਜਦੋਂ ਕਾਲ ਕਰੋ ਕਹਿੰਦੇ ਸਾਡੇ ਤੋਂ ਮਨੀ ਹੈ ਨਹੀਂ, ਡਰਾਈਵਰ ਹੈ ਨਹੀਂ, ਅਤੇ ਆਹੀ ਇਹਨਾਂ ਦਾ ਬਹਾਨਾ ਹੁੰਦਾ, ਉਹਨੂੰ ਕਾਲ ਕਰੋ, ਉਹਨੂੰ ਕਰੋ, ਤੁਸੀਂ ਈਮੇਲਾਂ ਕਰੋ, ਆਹ ਦੇਖੋ ਆਹ ਬੱਸ ਘੱਟੋ ਘੱਟ ਨਹੀਂ ਤਾਂ 15-20 ਮਿੰਟ ਖੜ੍ਹੀ ਨੂੰ ਹੋ ਗਿਆ ਲੈ, ਭਲਾ ਹੁਣ ਤਾਂ ਨਾ ਟਾਈਮ ਵਾਧੂ, ਹੁਣ ਕੀ ਕਰਨ ਨੂੰ ਇੰਨੀ ਟਾਈਮ ਲਾਇਆ ਲੈ, ਆਹ ਖੜ੍ਹੀ ਹੈ ਬੱਸ, ਆਰਾਮ ਨਾਲ ਮਜ਼ੇ ਨਾਲ ਖੜ੍ਹੇ ਆ ਲੈ, ਜਵਾਕਾਂ ਚੁੱਕਣ ਵਾਰੀ ਇਹਨਾਂ ਤੋਂ ਬੱਸਾਂ ਫੁੱਲ ਹੁੰਦੀਆਂ, ਭਲਾ ਸਵੇਰ ਨੂੰ ਜ਼ਿਆਦਾ ਲਾ ਦਿਓ ਕਿ ਸਵੇਰ ਨੂੰ ਜਵਾਕਾਂ ਨੂੰ ਚੁੱਕ ਲਓਗੇ, ਬੇਚਾਰੇ ਠੰਡ ਦੇ ਵਿੱਚ ਕਿੱਦਾਂ ਜਾਣਗੇ ਸਕੂਲ, ਸਮਝ ਨਹੀਂ ਲੱਗਦੀ, ਟੈਕਸ ਵਾਰੀ ਤਾਂ ਕਿੱਦਾਂ ਲੇਟ ਹੋ ਜਾਵੇ, ਕਹਿੰਦੇ ਤੁਹਾਡੇ ਅਸੀਂ ਇੰਟਰਸਟ ਪਾ ਦੇਣਾ, ਫਲਾਨਾ ਧਮਕੜਾਇਆ ਪਾ ਦੇਣਾ, ਬੇਕਾਰ ਸਿਸਟਮ ਆ, ਪਤਾ ਨਹੀਂ ਭਾਅ ਜੀ ਸਾਨੂੰ ਪ੍ਰੋਬਲਮ ਹੈ, ਦੱਸੋ ਬਾਈ ਤੁਸੀਂ ਜੇ ਪ੍ਰੋਬਲਮ ਹੈ ਤੁਹਾਨੂੰ ਦੱਸਿਆ, ਤੁਸੀਂ ਚੁਣ ਕੇ ਕਦੋਂ ਗਏ, ਜਾਂ ਤੁਹਾਨੂੰ ਪ੍ਰੋਬਲਮ ਹੈ ਲੋਕਾਂ ਦਾ ਪਤਾ ਹੀ ਨਹੀਂ ਗਾ ਕਿ ਭਾਈ ਲੋਕਾਂ ਦੀਆਂ ਪ੍ਰੋਬਲਮਾਂ ਕੀ ਆ, ਪਹਿਲਾਂ ਵੋਟਾਂ ਪਾਓ ਫਿਰ ਮੁੜ ਕੇ ਇਹਨਾਂ ਨੂੰ ਪ੍ਰੋਬਲਮਾਂ ਦੱਸਣ ਜਾਓ, ਭਾਈ ਸਾਡੀ ਆਹ ਪ੍ਰੋਬਲਮ ਆ, ਉਦੋਂ ਕਹਿੰਦੇ ਸਾਨੂੰ ਪਤਾ ਕੀ ਪ੍ਰੋਬਲਮ ਹੈਗੀਆਂ ਲੋਕਾਂ ਦੀਆਂ, ਆਹ ਲੈ ਇੱਕ ਆਹ ਤੁਰੀ ਫਿਰਦੀ ਆ, ਹੁਣ ਵਾਧੂ ਉੱਦਾਂ ਹੀ ਤੁਰੀਆਂ ਫਿਰਦੀਆਂ, ਕੋਈ ਇਹਨਾਂ ਦਾ ਕੋਈ ਨਹੀਂ ਗਾ ਇੰਨਾ ਲੈ, ਬਸ ਉੱਦਾਂ ਬਸ ਆਹ ਇੱਥੇ ਖੜ ਗਿਆ 15-20 ਮਿੰਟ ਇੱਥੇ ਖੜ ਗਿਆ, ਬਸ ਆਹ ਕੰਮ ਖਾਲੀ ਆ ਬਸ ਪੂਰੀ, ਭਲਾ ਜਦੋਂ ਜ਼ਿਆਦਾ ਹੁੰਦਾ ਬੱਚੇ ਜਾਂਦੇ ਆ ਸਕੂਲ ਉਦੋਂ ਭਲਾ ਲਾ ਦਿਓ ਇਹਨਾਂ ਨੂੰ, 2 ਦੀ ਵੀ ਆ 3 ਲਾ ਦਿਓ, ਫਿਰ ਡਰਾਈਵਰ ਨੇ ਰੋਕਣਾ ਨਹੀਂ, ਫਿਰ ਸਿੱਧਾ ਸਟੋਪ ਸਾਈਨ ਕ੍ਰੋਸ ਕਰ ਜਾਂਦਾ, ਖੜ੍ਹੇ ਰਹੋ ਜਵਾਕ, ਤੂੰ ਰੋਕ ਤਾਂ ਸਹੀ ਭਾਈ, ਜੇ ਰੋਕਣਾ ਹੀ ਨਹੀਂ ਫਿਰ ਆਉਣਾ ਕੀ ਆ ਸਟੋਪ ਸਾਈਨ 'ਤੇ ਕਰਨ ਨੂੰ, ਜੇ ਤੇਰੀ ਬੱਸ ਪਿੱਛੇ ਮੁੜ ਗਈ ਮੁੜ ਕੇ ਲੈ ਜਾ, ਫਿਰ ਆ ਸਟੋਪ ਸਾਈਨ 'ਤੇ ਕੀ ਕਰਨ ਨੂੰ ਆਉਣਾ, ਬੇਕਾਰ ਕੰਮ ਸਿਸਟਮ ਹੈ ਇਹਨਾਂ ਦਾ, ਪਹਿਲਾਂ ਕੰਮ ਕਰਨ ਜਾਓ ਫਿਰ ਟੈਕਸ ਭਰੋ, ਫਿਰ ਜਵਾਕਾਂ ਪਿੱਛੇ ਆਹ ਉਹ ਨਹੀਂ ਉਹਦੇ ਜਵਾਕ ਧੱਕੇ ਫਿਰ ਖਾਂਦੇ ਫਿਰਦੇ ਆ ਲੋਕਲ ਬੱਸਾਂ ਦੇ ਵਿੱਚ, ਪਤਾ ਨਹੀਂ ਇਹਨਾਂ ਦਾ ਕੀ ਸਿਸਟਮ, ਬੇੜਾ ਹੀ ਬਹਿ ਗਿਆ।